ਸੱਜੇ ਹੱਥ ਬੈਗ ਅੱਖਾਂ ਤੇ ਰੇਬਣ ਦੀਆਂ ਐਣਕਾਂ ਤੇ ਮਹਿੰਗੇ ਬੂਟ ਤੇ ਕੱਪੜੇ ਇੱਕ ਵੱਖਰੀ ਹੀ ਟੋਰ ਵਿੱਚ ਚੱਲ ਰਿਹਾ ਏ ਦੇਖੋ ਇਹ ਤਸਵੀਰਾਂ ਇਹ ਕੋਈ ਵੱਡਾ ਐਕਟਰ ਜਾਂ ਫਿਲਮ ਸਟਾਰ ਨਹੀਂ ਇਹ ਵੱਡਾ ਪੰਜਾਬ ਦਾ ਸਭ ਤੋਂ ਵੱਡਾ ਗੈਂਗਸਟਰ ਜਿਹੜਾ ਲੋਰੈਂਸ ਬਿਸ਼ਨੋਈ ਹੈ ਜਿਸ ਉੱਤੇ ਕਈ ਵੱਡੇ ਵੱਡੇ ਕੇਸ ਦਰਜ ਨੇ ਜਿਸ ਨੇ ਸਿੱਧੂ ਮੂਸੇਵਾਲੇ ਕਤਲਕਾਂਡ ਦਾ ਵੱਡਾ ਮਾਸਟਰਮਾਈਂਡ ਹੈ ਤੇ ਸਲਮਾਨ ਖਾਨ ਵਰਗੇ ਵੱਡੇ ਸੁਪਰਸਟਾਰ ਨੂੰ ਵੀ ਜਾਨੋ ਮਾਰਨ ਦੀ ਧਮਕੀ ਦੇ ਚੁੱਕਿਆ ਇਹ ਵੇਖੋ ਤਸਵੀਰਾਂ ਦੇਖੋ ਇਹ ਕੋਈ ਸੁਪਰਸਟਾਰ ਨਹੀਂ ਹੈ ਇਹ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਹ ਇੱਕ ਵੱਖਰੀ ਟੋਰ ਵਿੱਚ ਇੱਕ ਅਣਖ ਉੱਤੇ ਚੱਲ ਰਿਹਾ ਹੈ ਇਹ ਤਸਵੀਰਾਂ ਵੇਖ ਕੇ ਲੱਗ ਹੀ ਨਹੀਂ ਰਿਹਾ ਕਿ ਇਹ ਕੋਈ ਗੈਂਗਸਟਰ ਹੈ ਜਿਹੜਾ ਪ੍ਰਸ਼ਾਸਨ ਦੀ ਹਿਰਾਸਤ ਵਿੱਚ ਹੈ ਜਿਹੜੀ ਪੁਲਿਸ ਦੀ ਹਿਰਾਸਤ ਵਿੱਚ ਹੈ ਇੰਝ ਲੱਗ ਰਿਹਾ ਹੈ ਕਿ ਇਹ ਪੁਲਿਸ ਦੀ ਸਿਕਿਉਰਿਟੀ ਵਿੱਚ ਨਹੀਂ ਪੁਲਿਸ ਇਸ ਨੂੰ ਸਿਕਿਉਰਿਟੀ ਦੇ ਰਹੀ ਹੈ ਇੰਝ ਲੱਗ ਹੀ ਨਹੀਂ ਰਿਹਾ ਕਿ ਇਹ ਪੁਲਿਸ ਦਾ ਗੁਲਾਮ ਹੈ ਇੰਝ ਲੱਗ ਰਿਹਾ ਹੈ ਕਿ ਪੁਲਿਸ ਇਸ ਦੀ ਗੁਲਾਮ ਹੈ ਇਹ ਤਸਵੀਰਾਂ ਉਸ ਵੇਲੇ ਦੀ ਹੈ ਜਦੋਂ ਏਟੀਐਸ ਦੀ ਟੀਮ ਬਠਿੰਡਾ ਜੇਲ੍ਹ ਤੋਂ ਗੁਜਰਾਤ ਲੈ ਕੇ ਜਾ ਰਹੀ ਸੀ ਜਿੱਥੇ ਸਤੰਬਰ 2022 ਦਾ ਮਾਮਲਾ ਜਿਸ ਵਿੱਚ ਪਾਕਿਸਤਾਨ ਤੋਂ ਆ ਰਹੀ ਇੱਕ ਬੋਟ ਬਰਾਮਦ ਹੋਈ ਸੀ ਜਿਸ ਵਿੱਚ ਵੱਡੀ ਖੇਪ ਵਿੱਚ ਪੁਲਿਸ ਨੇ ਹੀਰੋਇਨ ਬਰਾਮਦ ਕੀਤੀ ਸੀ ਇਸ ਮਾਮਲੇ ਵਿੱਚ ਪਹਿਲਾਂ ਵੀ ਲੋਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਹੋ ਚੁੱਕੀ ਹੈ ਤੇ ਅੱਜ ਫਿਰ ਲੋਰੈਂਸ ਬਿਸ਼ਨੋਈ ਨੂੰ ਗੁਜਰਾਤ ਪੁਲਿਸ ਲੈ ਕੇ ਜਾ ਰਹੀ ਹੈ ਤੁਸੀਂ ਸਾਫ਼ ਵੇਖ ਸਕਦੇ ਹੋ ਕਿਵੇਂ ਬਿਸ਼ਨੋਈ ਆਪਣੀ ਵੱਖਰੀ ਹੀ ਟੋਰ ਵਿੱਚ ਚੱਲ ਰਿਹਾ ਹੈ ਹੱਥਾਂ ਵਿੱਚ ਬੈਗ ਨੇ ਅੱਖਾਂ ਤੇ ਐਣਕਾਂ ਤੇ ਇੱਕ ਵੱਖਰੀ ਹੀ ਟੋਰ ਵਿੱਚ ਚੱਲ ਰਿਹਾ ਹੈ ਮਹਿੰਗੇ ਬੂਟ ਮਹਿੰਗੇ ਕੱਪੜੇ ਦੇਖੋ ਇਹ ਤਸਵੀਰਾਂ